ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਫਿਟ ਫਾਟ ਹੋ? ਅੱਛਾ, ਮੈਂ ਨਾ ਤੁਹਾਨੂੰ ਅੱਜ ਮਜ਼ੇ ਦੀ ਜਿਹੜਾ ਨਾ ਇੱਕ ਦੋਸਤ ਨਾਲ ਮਿਲਾਉਣ ਲੱਗਾ ਵਾਂ, ਅਤੇ ਮਾਸ਼ਾਅੱਲਾ ਮੈਂ ਵੀ ਸੁਣਿਆ ਜੀ ਕਾਫੀ ਅੱਛੇ ਸ਼ੇਰ ਬੋਲਦੇ ਨੇ, ਮਤਲਬ ਕਿ ਪੰਜਾਬੀ ਦੇ ਵਿੱਚ, ਅਤੇ ਅੱਜ ਸੁਣਿਆ ਦੌੜੇ ਵਗੈਰਾ ਆਪਣੇ ਦੋਸਤ ਨੇ ਮੰਡੀ ਬਾਵਲ ਦੀਨ ਦੇ ਨੇ, ਅਤੇ ਵਿੱਕੀ ਤੁਹਾਡਾ ਨਾਂ ਨੇ ਮਾਸ਼ਾਅੱਲਾ, ਅਤੇ ਆਓ ਮਿਲਦੇ ਹਾਂ। ਅਸਲਾਮ ਵਾਲੇਕੁਮ ਜਨਾਬ। ਵਾਲੇਕੁਮ ਅਸਲਾਮ ਸਰ। ਬੜੀ ਦੂਰ ਤੋਂ ਤੁਹਾਡੇ ਕੋਲ ਆਏ ਹਾਂ, ਮਤਲਬ ਕਿ ਨਾਲ ਦੇ ਕਮਰੇ 'ਚੋਂ, ਅਤੇ ਸੁਣਨਾ ਚਾਹ ਰਹੇ ਹਾਂ ਤੁਹਾਡੇ ਕੋਲੋਂ ਕੋ ਪੰਜਾਬੀ ਦੌੜੇ ਸੁਣਾ ਦਿਓ, ਕੋ ਪਰਦੇਸ਼ ਦੇ ਵਾਲੇ ਨਾਲ ਕੋਈ ਜਨਾਬ ਅੱਛੇ ਜੇ ਪਰਦੇਸ਼ ਦੇ ਵਾਲੇ ਨਾਲ। ਹਾਂਜੀ, ਬੰਦੇ ਪਰਦੇਸ਼ 'ਚ ਨੇ ਕਾਫੀ, ਸਾਡੇ ਭਾਈ ਜਿਹੜੇ ਨੇ ਪਰਦੇਸ਼ ਦੇ ਵਿੱਚ ਰੋਟੀ ਰੋਜ਼ੀ ਕਮਾਉਣ ਨਿਕਲੇ ਨੇ, ਅਤੇ ਆਪਣਾ ਰਿਜ਼ਕ ਕਮਾ ਰਹੇ ਨੇ, ਅਤੇ ਨਾਲ ਜਨਾਬ ਆਪਣੀ ਲਾਈਫ ਇੰਜੋਏ ਕਰ ਰਹੇ ਨੇ, ਅਤੇ ਉਹਨਾਂ ਵਾਸਤੇ ਤੁਸੀਂ ਕੋ ਇੱਕ ਅੱਛਾ ਜਿਹਾ ਦੌੜਾ ਪੇਸ਼ ਕਰ ਦਿਓ। ਸਾਰ ਸੁਣਾ ਦਿੰਦੇ, ਕਿਉਂ ਨਹੀਂ, ਮਿਊਜ਼ਿਕ ਨਾਲ ਲੈਣਾ ਪਾਉਣਾ ਸਾਨੂੰ ਥੋੜ੍ਹਾ ਜਿਹਾ। ਮਿਊਜ਼ਿਕ ਨੂੰ ਛੱਡੋ, ਜਿਹੜੀ ਰੀਅਲ ਆਵਾਜ਼ ਹੋਈ ਲਾ ਦਿੰਦੇ ਹਾਂ, ਟੈਨਸ਼ਨ ਨਹੀਂ ਆਈ। ਸ਼ੁਰੂ ਕਰੋ ਜੀ। ਆਉਂਦਾ ਕਦੇ ਕਦੇ ਹੁਸੜ ਕੇ ਦਿਲ ਆਉਂਦਾ ਹੈ, ਬੰਦਾ ਲਵੇ ਪਰਦੇਸ਼ ਦਾ ਨਾਂ ਨਹੀਂ, ਪਰ ਅਈਆ ਸੋਚ ਕੇ ਟੁਰ ਪਾਉਂਦੇ ਹਾਂ, ਕਿਸੇ ਸ਼ਹਿਰ ਦੇ ਮਾਲਕ ਤਾਂ ਹਾਂ ਨਹੀਂ, ਤੇ ਦਿਨ ਜ਼ਿੰਦਗੀ ਦੇ ਚਾਰ ਗੁਜ਼ਾਰਨ ਲਈ ਸਾਡੇ ਵਾਸਤੇ ਵਤਨ ਤੇ ਕੋਈ ਥਾਂ ਨਹੀਂ, ਤੇ ਵਾਹ ਗੁਰਬਤ ਕਿੱਥੇ ਆ ਵਗਾਏ, ਜਿੱਥ ਦਿਸਦਾ ਵਤਨ ਦਾ ਕਾਂ ਨਹੀਂ। ਕਿਆ ਬਾਤ ਹੈ, ਕਿਆ ਬਾਤ ਹੈ ਵਾਜੀ। ਆਂਦਾ ਕੋਈ ਸਬਜ਼ੀ ਤੁਲ ਗਈ ਆ, ਸੋਨੇ ਨਾਲ ਜਿੰਦ ਮੰਗੀ, ਜਿਹੜੀ ਪਰਦੇਸਾਂ ਚ ਰੋਲ ਗਈ। ਐਂਡ ਕਰ ਛੜਾ ਤੁਸੀਂ, ਮੈਂ ਕਹਿੰਦਾ ਕਮਾਲ ਹੋ ਗਿਆ ਵੇ। ਅੱਛਾ, ਤੇ ਮਸਲਨ ਕਿ ਪਿੱਛੇ ਜੇ ਮੈਂ ਸੁਣਿਆ ਸੀ ਤੁਸੀਂ ਇੱਕ ਕਿਸੇ ਕਾਸਟ 'ਤੇ ਜਨਾਬ ਕੋ ਸ਼ੇਅਰ ਬੋਲਿਆ ਸੀ, ਬਹੁਤ ਅੱਛਾ, ਉਹ ਵੀ ਤੁਸੀਂ ਕਦੇ ਸੁਣਾ ਦਿਓ, ਕਿਹੜੀ ਕਾਸਟ 'ਤੇ ਸੀ ਉਹ ਵੀ ਤੁਸੀਂ ਦੱਸ ਦਿਓ, ਮਤਲਬ ਕਿ ਸਾਨੂੰ। ਅੱਛਾ ਜੀ, ਉਹ ਤੁਹਾਨੂੰ ਸ਼ੇਅਰ ਸੁਣਾਇਆ ਸੀ ਕਿ ਜਿਹੜੇ ਲੋਕ ਨਾ ਪਹਿਲੇ ਗਰੀਬੀ ਵਿੱਚ ਆਉਂਦੇ ਨੇ, ਅੱਛਾ ਅੱਛਾ, ਅਤੇ ਅੱਲਾਹ ਤਾਲਾ ਚਲੋ ਉਹਨਾਂ ਨੂੰ ਆਪਣੀ ਰਹਿਮਤ ਨਾਲ ਨਵਾਜ਼ਦਾ ਵੇ, ਅਤੇ ਉਹ ਜ਼ਰਾ ਔਕਾਤ ਤੋਂ ਬਾਹਰ ਹੋ ਜਾਂਦੇ। ਹਾਂ, ਮਤਲਬ ਕਿ ਜਦੋਂ ਬਹੁਤ ਕੁਝ ਮਿਲਦਾ ਤਾਂ ਫਿਰ ਆਪਣੀ ਆਈ ਤੋਂ ਬਾਹਰ ਹੋ ਜਾਂਦੇ। ਅੱਛਾ ਅੱਛਾ। ਉਹ ਆਂਦਾ ਭੁੱਖੇ ਰੱਜੇ ਵੀ ਹੋਣ ਤੇ ਭੁੱਖੇ ਹੀ ਹੁੰਦੇ ਨੇ, ਗੱਲਬਾਤ ਬਦਲਦੀ ਕੋਈ ਨਹੀਂ। ਕਿਆ ਬਾਤ! ਨਵੇਂ ਕੱਪੜੇ ਪਾ ਕੇ ਸ਼ੋਧਿਆਂ ਦੀ ਔਕਾਤ ਬਦਲਦੀ ਕੋਈ ਨਹੀਂ, ਪਹਿਲੇ ਠੱਗੀਆਂ ਕਰਨ ਤੇ ਦੁੱਖ ਲੱਗਦਾ, ਕਹਿਨਾਤ ਬਦਲਦੀ ਕੋਈ ਨਹੀਂ, ਤੇ ਗਲ ਕੁੱਤੇ ਦੇ ਸੋਨੇ ਦਾ ਪਟਾ ਪਾ ਛੇੜੀ, ਉਹਦੀ ਜ਼ਾਤ ਬਦਲਦੀ ਕੋਈ ਨਹੀਂ। ਕਿਆ ਬਾਤ! ਮੈਂ ਕਹਿੰਦਾ ਕਿਆ ਬਾਤ ਹੈ, ਐਜ਼ ਖਸੂਸਨ ਸ਼ੇਰੋ ਦਾ ਬਾਤ ਹੈ ਵੀ ਜਿਹੜੇ ਜਨਾਬ ਪਹਿਲਾਂ ਤੇ ਪਰਦੇਸ ਵਾਲਿਆਂ ਵਾਸਤੇ ਸੀ, ਦੂਸਰਾ ਇਹਨਾਂ ਸੁਣਾਇਆ ਸੀ ਕਿ ਬਈ ਜਨਾਬ ਜਿਹੜੇ ਜਿਨ੍ਹਾਂ ਨੂੰ ਪਹਿਲੇ ਕੁਛ ਵੀ ਨਹੀਂ, ਮਤਲਬ ਕਿ ਕੁਛ ਵੀ ਨਹੀਂ ਹੁੰਦੇ, ਜਦੋਂ ਉਹਨਾਂ ਨੂੰ ਅੱਲਾਹ ਪਾਕ ਨਵਾਜ਼ਦਾ ਵੇ ਤਾਂ ਉਹ ਸ਼ੁਕਰ ਅਦਾ ਕਰਨਾ ਭੁੱਲ ਜਾਂਦੇ ਨੇ ਅਤੇ ਆਪਣੀ ਆਈ ਤੋਂ ਬਾਹਰ ਹੋ ਜਾਂਦੇ ਨੇ, ਅਤੇ ਉਮੀਦ ਹੈ ਸਾਰੇ ਭਰਾਵਾਂ ਨੂੰ ਚੰਗਾ ਲੱਗਾ ਹੋਵੇਗਾ, ਅਤੇ ਇਹਨੂੰ ਸ਼ੇਅਰ ਵੀ ਕਰੋ ਗਰੁੱਪਾਂ ਦੇ ਵਿੱਚ, ਪਰਦੇਸੀ ਲੋਕਾਂ ਨੂੰ ਸਲਾਮ ਹੈ, ਅੱਲਾਹ ਪਾਕ ਸਾਰਿਆਂ ਦੀਆਂ ਚੰਗੀਆਂ ਮੁਰਾਦਾਂ ਮਤਲਬ ਕਿ ਪੂਰੀਆਂ ਕਰੇ ਮੁਰਾਦਾਂ, ਅਤੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ 'ਚ।